ਧੰਨੋ ਵਾਹਿਗੁਰੂ ਜੀਓ। ਢੂੰਡਤ ਡੋਲੈ ਅੰਧ ਗਤ, ਅਰ ਚੀਨਤ ਨਾਹੀ ਸੰਤ। ਕਹਿ ਨਾਮਾ ਕਿਉਂ ਪਾਈਐ, ਬਿਨ ਭਗਤ ਹੋ ਭਗਵੰਤ। ਹਰ ਸੂ ਹੀਰਾ ਛਾਡ ਕੈ, ਕਰਹਿ ਆਨ ਕੀ ਆਸ। ਤੇ ਨਰ ਦੋਜ਼ਕ ਜਾਹੇਂਗੇ, ਸਤ ਭਾਖੈ ਰਵਿਦਾਸ। ਕਬੀਰ ਜੋ ਗ੍ਰਿਹ ਕਰਹਿ ਤਾਂ ਧਰਮ ਕਰ, ਨਾਹੀ ਤਾਂ ਕਰ ਬੈਰਾਗ। ਬੈਰਾਗੀ ਬੰਧਨ ਕਰੈ, ਤਾਂ ਕੋ ਵੱਡੋ ਅਪਾਗ। ਬੈਰਾਗੀ ਬੰਧਨ ਕਰੈ, ਤਾਂ ਕੋ ਵੱਡੋ ਅਪਾਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗਰੀਬ ਨਵਾਜ ਸੱਚੇ ਸਤਿਗੁਰੂ ਜੀ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਹਜ਼ੂਰ ਸੱਜ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ, ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕਿਰਪਾ ਕੀਤੀ ਹੈ ਆਪਣੇ ਪਾਵਨ ਚਰਨ ਕਮਲਾਂ ਪਾਸ ਆਪਣੀ ਸੋਹਬਤ ਵਿੱਚ ਜੁੜ ਬੈਠਣ ਦਾ ਇਹ ਸੁਭਾਗ ਸਮਾਂ ਪ੍ਰਦਾਨ ਕੀਤਾ ਹੈ। ਗੁਰੂ ਮਹਾਰਾਜ ਦੀ ਅੰਮ੍ਰਿਤਮਈ ਬਾਣੀ ਦੇ ਪਾਠ, ਗੁਰਬਾਣੀ ਦੇ ਕੀਰਤਨ ਸਤਿਕਾਰਯੋਗ ਭਾਈ ਸਾਹਿਬਾਨ ਜੀ ਪਾਸੋਂ ਆਪ ਜੀ ਨੇ ਬੜੇ ਹੀ ਸਤਿਕਾਰ ਸਹਿਤ ਸਰਵਣ ਕੀਤੇ ਨੇ। ਗੁਰੂ ਮਹਾਰਾਜ ਦੀ ਬਖਸ਼ਿਸ਼ ਦੇ ਪਾਤਰ ਬਣ ਕੇ ਰੋਜ਼ਾਨਾ ਦੇ ਇਹਨਾਂ ਦੀਵਾਨਾਂ ਵਿੱਚ ਭਗਤ ਕਬੀਰ ਸਾਹਿਬ ਜੀ ਮਹਾਰਾਜ ਦੇ ਪਾਵਨ ਸਲੋਕਾਂ ਦੀ ਆਪਾਂ ਲੜੀਵਾਰ ਵਿਚਾਰ ਕਰਨ ਦਾ ਯਤਨ ਅਭਿਆਸ ਕਰਦੇ ਹਾਂ। ਕਬੀਰ ਜੀ ਮਹਾਰਾਜ ਦੇ ਕੁੱਲ 243 ਸਲੋਕ, ਜਿਸ ਵਿੱਚ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ, ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਕੁਝ ਸਲੋਕ ਹਨ, ਬਾਕੀ ਸਾਰੇ ਸਲੋਕ ਭਗਤ ਕਬੀਰ ਸਾਹਿਬ ਜੀ ਦੇ ਹਨ। ਇਹਨਾਂ ਸਲੋਕਾਂ ਦੀ ਕੁੱਲ ਗਿਣਤੀ 243 ਹੈ।
ਹੁਣ ਤੱਕ ਆਪਾਂ 240 ਸਲੋਕ ਵਿਚਾਰੇ ਨੇ। ਅਗਲੇਰੇ ਸਮਾਪਤੀ ਦੇ 3 ਸਲੋਕਾਂ ਦਾ ਪਾਠ ਆਪ ਜੀ ਨੇ ਹੁਣੇ ਹੀ ਸਰਵਣ ਕੀਤਾ ਹੈ। 15 ਭਗਤ ਸਾਹਿਬਾਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ। ਉਸ ਵਿੱਚੋਂ ਸਭ ਤੋਂ ਵਧੀਕ ਬਾਣੀ ਭਗਤ ਕਬੀਰ ਸਾਹਿਬ ਜੀ ਮਹਾਰਾਜ ਦੀ ਹੈ। ਉਹਨਾਂ ਦੇ ਸ਼ਬਦ ਹਨ, ਵਿਸ਼ੇਸ਼ ਬਾਣੀਆਂ ਹਨ, ਸਲੋਕ ਹਨ। ਇਸ ਸਮਗਰ ਬਾਣੀ ਦੀ ਆਪਾਂ ਇਹਨਾਂ ਦੀਵਾਨਾਂ ਦੇ ਵਿੱਚ ਆਪਣੀ ਮਤ ਬੁੱਧ ਸਮਰੱਥਾ ਤੁੱਛ ਬੁੱਧੀ ਅਨੁਸਾਰ ਮਾਲਕ ਦੀ ਮਿਹਰ ਦੇ ਪਾਤਰ ਬਣ ਕੇ ਵਿਚਾਰ ਕਰਨ ਦਾ ਆਪਾਂ ਅਭਿਆਸ ਅਤੇ ਯਤਨ ਕੀਤਾ। ਜੋ ਉਹਨਾਂ ਮਹਾਂਪੁਰਖਾਂ ਨੇ ਸੱਚ ਨੂੰ ਮਾਣਿਆ, ਹੰਢਾਇਆ ਔਰ ਜੀਵਿਆ, ਸ਼ਬਦਾਂ ਦੇ ਰਾਹੀਂ ਜੋ ਸਾਨੂੰ ਸੇਧ ਪ੍ਰਦਾਨ ਕੀਤੀ ਆਪਣੀ ਬਾਣੀ ਦੇ ਰਾਹੀਂ, ਅਸੀਂ ਉਹਨਾਂ ਦੀ ਸਮਝ ਦੇ ਨੇੜੇ ਤੇੜੇ ਵੀ ਨਹੀਂ ਪਹੁੰਚ ਸਕਦੇ, ਕਿਉਂਕਿ ਉਹਨਾਂ ਦਾ ਜੀਵਨ ਅਭਿਆਸ ਹੈ, ਉਹਨਾਂ ਦੀ ਇਹ ਕਮਾਈ ਹੈ। ਫਿਰ ਵੀ ਜੋ ਉਹਨਾਂ ਨੇ ਆਖਿਆ ਹੈ ਆਪਾਂ ਉਹਨਾਂ ਨੂੰ ਆਪਣੇ ਪੱਧਰ ਉੱਤੇ ਸਮਝਣ ਦੀ ਇੱਕ ਨਿਮਾਣੀ ਕੋਸ਼ਿਸ਼ ਕਰਦੇ ਹਾਂ। ਸੋ ਇਹ ਸਮਾਪਤੀ ਦੇ 3 ਸਲੋਕ ਹਨ ਜਿਨ੍ਹਾਂ ਦਾ ਪਾਠ ਆਪ ਜੀ ਨੇ ਸੁਣਿਆ। 241 ਨੰਬਰ ਸਲੋਕ ਵਿੱਚ ਫਰਮਾਉਂਦੇ ਹਨ, ਢੂੰਡਤ ਡੋਲੈ ਅੰਧ ਗਤ ਅਰ ਚੀਨਤ ਨਾਹੀ ਸੰਤ। ਜੀਵ ਉਸ ਪਰਮੇਸ਼ਰ ਨੂੰ ਢੂੰਡਦੇ ਤਾਂ ਹਨ, ਲੱਭਦੇ ਤਾਂ ਹਨ, ਪਰ ਐਵੇਂ ਅੱਕੀ ਪਲਾਂ ਹੀ ਹੱਥ ਮਾਰ ਕੇ। ਅੰਧ ਗਤ ਦਾ ਮਤਲਬ ਹੁੰਦਾ ਹੈ ਅੰਨਿਆਵਾਦ, ਜਿਵੇਂ ਕਿਸੇ ਮਨੁੱਖ ਨੂੰ ਅੱਖਾਂ ਤੋਂ ਕੁਝ ਵਿਖਾਈ ਨਾ ਦਿੰਦਾ ਹੋਵੇ ਅਤੇ ਉਹ ਚੀਜ਼ ਲੱਭ ਰਿਹਾ ਹੋਵੇ, ਅਤੇ ਜਿਸ ਤਰੀਕੇ ਦੇ ਨਾਲ ਉਹ ਲੱਭਣ ਦੀ ਕੋਸ਼ਿਸ਼ ਕਰਦਾ ਹੈ ਵੀ ਵਸਤੂ ਕਿਸੇ ਪਾਸੇ ਪਈ ਹੈ, ਉਹ ਕਿਸੇ ਪਾਸੇ ਹੱਥ ਪੈਰ ਮਾਰਦਾ ਹੈ, ਇੱਧਰ ਉੱਧਰ ਭਟਕਦਾ ਹੈ, ਉਸ ਵਸਤੂ ਤੱਕ ਉਹਦੀ ਰਸਾਈ ਨਹੀਂ ਹੁੰਦੀ, ਪਹੁੰਚ ਨਹੀਂ ਬਣਦੀ, ਇਸ ਤਰ੍ਹਾਂ ਉਸ ਪਰਮੇਸ਼ਰ ਨੂੰ ਲੱਭਣ ਦਾ, ਜਾਣਨ ਦਾ, ਪਾਉਣ ਦਾ ਮਨੁੱਖ ਯਤਨ ਕਰ ਰਿਹਾ। ਯਾਨੀ ਇਹਨੂੰ ਆਪਾਂ ਕਹਿੰਦੇ ਹਾਂ ਕੋਈ ਸੇਧ ਨਹੀਂ ਹੈ ਕੋਲ, ਅੱਕੀ ਪਲਾਈ ਹੱਥ ਮਾਰ ਰਿਹਾ। ਜਿਹੋ ਜਿਹਾ ਕਰਮਕਾਂਡ ਕਿਸੇ ਨੇ ਦੱਸਿਆ ਉਹ ਕਰ ਲਿਆ, ਜੇ ਕਿਸੇ ਨੇ ਕਿਹਾ ਤਿਆਗ ਜ਼ਰੂਰੀ ਹੈ, ਤਿਆਗ ਲੈ ਲਿਆ, ਸੰਨਿਆਸ ਲੈ ਲਿਆ, ਤੀਰਥ 'ਤੇ ਚਲਾ ਗਿਆ, ਦਾਨ ਕਰ ਲਿਆ, ਯਾਨੀ ਜੋ ਵੀ ਜਿਸ ਪਾਸੇ ਵੀ ਦੱਸ ਪੈਂਦੀ ਹੈ ਤੁਰ ਪੈਂਦਾ ਹੈ। ਇਹਨੂੰ ਕਬੀਰ ਜੀ ਮਹਾਰਾਜ ਕਹਿੰਦੇ ਨੇ ਬਿਨਾਂ ਸਹੀ ਸੇਧ ਤੋਂ, ਬਿਨਾਂ ਸਹੀ ਰਸਤੇ ਤੋਂ ਇਵੇਂ ਮਨੁੱਖ ਅੱਕੀ ਪਲਾਈ ਹੱਥ ਮਾਰਦਾ, ਇੱਧਰ ਉੱਧਰ ਉਲਝਦਾ ਹੈ, ਖਪਦਾ ਹੈ, ਅਤੇ ਸਮਝਦਾ ਕਿ ਮੈਂ ਉਸ ਨੂੰ ਢੂੰਡ ਰਿਹਾ ਹਾਂ, ਉਸ ਨੂੰ ਲੱਭ ਰਿਹਾ ਹਾਂ, ਉਸ ਨੂੰ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਢੂੰਡਤ ਡੋਲੈ ਅੰਧ ਗਤ, ਇਵੇਂ ਭਟਕਦੇ ਹਨ ਜੀਵ, ਅਗਿਆਨਤਾ ਦੇ ਹਨੇਰੇ ਵਿੱਚ ਧੱਕੇ ਖਾਂਦੇ ਹਨ। ਸੁਰਤ ਵਿੱਚ ਕੋਈ ਚਾਨਣ ਨਹੀਂ, ਕੋਈ ਸਹੀ ਸੇਧ ਨਹੀਂ, ਕੋਈ ਜੀਵਨ ਮਾਰਗ ਦਾ ਪਤਾ ਨਹੀਂ, ਇਵੇਂ ਭਟਕਦਿਆਂ ਭਟਕਦਿਆਂ ਉਲਝਦੇ ਖਪਦੇ ਆਪਣੀ ਜ਼ਿੰਦਗੀ ਦਾ ਵਕਤ ਬਤੀਤ ਕਰ ਜਾਂਦੇ ਨੇ। ਅਰ ਚੀਨਤ ਨਾ ਹੀ ਸੰਤ, ਪਰ ਇਹ ਸਤ ਸੰਗਤ ਨੂੰ ਨਹੀਂ ਪਛਾਣਦੇ,
ਇਸ ਕਰਕੇ ਇਹਨਾਂ ਨੂੰ ਜੀਵਨ ਦੀ ਸਹੀ ਸੇਧ ਨਹੀਂ ਮਿਲਦੀ ਵੀ ਨੇਕ ਅਮਲ ਵਾਲੇ ਪੁਰਖਾਂ ਦੀ ਸੋਭਤ ਸੰਗਤ ਕਦੇ ਕਰਦੇ ਨਹੀਂ, ਬਸ ਇੱਧਰ ਉੱਧਰ ਖਪਦੇ ਰਹਿੰਦੇ ਹਨ। ਚੰਗੀ ਸੰਗਤ ਤੋਂ ਬਿਨਾਂ ਸਹੀ ਸੇਧ ਪ੍ਰਦਾਨ ਨਹੀਂ ਹੁੰਦੀ, ਪ੍ਰਾਪਤ ਨਹੀਂ ਹੁੰਦੀ, ਔਰ ਸਹੀ ਸੇਧ ਤੋਂ ਬਿਨਾਂ ਸਹੀ ਮਾਰਗ 'ਤੇ ਤੁਰਿਆ ਨਹੀਂ ਜਾਂਦਾ। ਇਸ ਤਰ੍ਹਾਂ ਇਹਨਾਂ ਦੇ ਪੱਲੇ ਖਪਾ ਪੈਂਦਾ। ਕਬੀਰ ਜੀ ਮਹਾਰਾਜ ਕਹਿੰਦੇ ਨੇ ਜੇ ਸੰਗਤ ਦਾ ਆਸਰਾ ਤੱਕਣ, ਨੇਕ ਗੁਣ ਆਪਣੇ ਜੀਵਨ ਵਿੱਚ ਧਾਰਨ ਕਰਨ, ਚੰਗਿਆਈ ਧਾਰਨ ਕਰਨ, ਚੰਗਾ ਅਭਿਆਸ ਹੋਵੇ, ਚੰਗਾ ਮਾਹੌਲ ਹੋਵੇ, ਆਪੇ ਹੌਲੀ ਹੌਲੀ ਸੇਧ ਮਿਲਦੀ ਰਹੇ। ਪਰ ਸਤ ਸੰਗਤ ਤੋਂ ਖੁੰਝੇ ਹੋਏ ਜੀਵ ਕਰਮ ਕਾਂਡਾਂ ਦਾ ਅਭਿਆਸ ਕਰਦੇ ਨੇ, ਉਹਨਾਂ ਕਰਮ ਕਾਂਡਾਂ ਦੇ ਵਿੱਚ ਅੱਕੀ ਪਲਾ ਹੀ ਹੱਥ ਮਾਰਨ ਵਾਲੀ ਖੇਡ ਹੈ। ਇਸ ਕਰਕੇ ਫਰਮਾਇਆ ਕਹਿ ਨਾਮਾ ਕਿਉਂ ਪਾਈਐ ਬਿਨ ਭਗਤੋ ਭਗਵੰਤ। ਸਲੋਕ ਦੇ ਵਿੱਚ ਨਾਮਾ ਸ਼ਬਦ ਵਰਤਿਆ। ਸਲੋਕ ਇਹ ਕਬੀਰ ਜੀ ਮਹਾਰਾਜ ਦਾ ਹੀ ਹੈ। ਇਸ ਤੋਂ ਪਹਿਲਾਂ ਆਪਾਂ ਦੋ ਸਲੋਕ ਪੜ੍ਹੇ ਸਨ ਜਿਸ ਵਿੱਚ ਕਬੀਰ ਜੀ ਮਹਾਰਾਜ ਨੇ 212 ਅਤੇ 213 ਨੰਬਰ ਸਲੋਕ ਨੇ ਵੀ ਭਗਤ ਤ੍ਰਿਲੋਚਨ ਜੀ ਭਗਤ ਨਾਮਦੇਵ ਜੀ ਨੂੰ ਮਿਲਣ ਵਾਸਤੇ ਆਉਂਦੇ ਨੇ, ਦਰਸ਼ਨ ਕਰਨ ਵਾਸਤੇ, ਸੰਗਤ ਕਰਨ ਵਾਸਤੇ। ਉਹ ਅੱਗੋਂ ਆਪਣੀ ਕਿਰਤਕਾਰ ਕਰ ਰਹੇ ਨੇ। ਮਾਨਵ ਦਾ ਵਲਵਲਾ ਸੀ, ਪੁੱਛਿਆ ਨਾਮਾ ਮਾਇਆ ਮੋਹਿਆ ਕਹਿ ਤ੍ਰਿਲੋਚਨ ਮੀਤ ਕਾਹੇ ਸ਼ੀਪੋ ਸ਼ਾਇਲੇ ਰਾਮ ਨਾ ਲਾਵੋ ਚੀਤ। ਨਾਮਦੇਵ ਜੀ ਨੇ ਇਸ ਪੁੱਛ ਦਾ ਪ੍ਰਸ਼ਨ ਦਾ ਉੱਤਰ ਇਉਂ ਦਿੱਤਾ, ਨਾਮਾ ਕਹਿ ਤ੍ਰਿਲੋਚਨਾ ਮੁੱਖ ਤੇ ਰਾਮ ਸੰਭਾਲ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਕਬੀਰ ਜੀ ਮਹਾਰਾਜ ਆਪਣੇ ਤੋਂ ਪਹਿਲੇ ਔਰ ਆਪਣੇ ਸਮਕਾਲੀ ਮਹਾਂਪੁਰਖਾਂ ਤੋਂ ਬੜੀ ਚੰਗੀ ਤਰ੍ਹਾਂ ਜਾਣੂ ਸਨ, ਉਹਨਾਂ ਦੇ ਜੀਵਨ ਤੋਂ ਵੀ ਪ੍ਰਭਾਵਿਤ ਸਨ, ਉਹਨਾਂ ਦੀ ਵਿਚਾਰਧਾਰਾ ਉਪਦੇਸ਼ ਬਾਣੀ ਤੋਂ ਵੀ ਜਾਣੂ ਸਨ। ਇਸ ਕਰਕੇ ਹਵਾਲੇ ਦੇ ਤੌਰ ਉੱਤੇ ਜਿਹਨੂੰ ਆਪਾਂ ਕਹਿੰਦੇ ਹਾਂ ਕਿਸੇ ਦਾ ਰੈਫਰੈਂਸ ਦੇ ਕੇ ਕੋਈ ਗੱਲ ਕਰਨੀ ਕਿ ਵੇਖੋ ਇੰਨੇ ਸਿਆਣੇ ਪੁਰਖ ਵੀ ਆਹ ਗੱਲ ਕਹਿੰਦੇ ਹਨ ਜਿਹੜੀ ਗੱਲ ਮੈਂ ਕਹਿ ਰਿਹਾ ਹਾਂ, ਜਿਸ ਰਸਤੇ ਬਾਰੇ ਮੈਂ ਦੱਸ ਰਿਹਾ ਹਾਂ ਉਸ ਰਸਤੇ ਬਾਰੇ ਏਡੇ ਮਹਾਨ ਪੁਰਖਾਂ ਨੇ ਵੀ ਇਹੀ ਕਿਹਾ ਹੈ। ਇੱਕ ਤਾਂ ਉਹਨਾਂ ਦੀ ਸ਼ਖਸੀਅਤ ਦਾ ਸਤਿਕਾਰ ਹੈ, ਦੂਜਾ ਜੋ ਉਹਨਾਂ ਦੇ ਜੀਵਨ ਦੇ ਸੁਨਹਿਰੀ ਪੱਖ ਨੇ ਉਹਨਾਂ ਨੂੰ ਵੀ ਆਪਣੀ ਬਾਣੀ ਵਿੱਚ ਥਾਂ ਦਿੱਤੀ। ਕਬੀਰ ਜੀ ਮਹਾਰਾਜ ਕਹਿੰਦੇ ਕਹਿ ਨਾਮਾ ਕਿਉਂ ਪਾਈਐ ਬਿਨ ਭਗਤੋ ਭਗਵੰਤ। ਭਗਤ ਨਾਮਦੇਵ ਜੀ ਵੀ ਇਹੀ ਗੱਲ ਕਹਿੰਦੇ ਹਨ ਜਿਹੜੀ ਗੱਲ ਮੈਂ ਕਹਿ ਰਿਹਾ ਹਾਂ, ਜਿਵੇਂ ਮੈਂ ਤੁਹਾਨੂੰ ਇਹ ਭਾਈ ਦੱਸਿਆ ਕਿ ਚੰਗੀ ਸੰਗਤ ਤੋਂ ਬਿਨਾਂ, ਨੇਕ ਅਮਲਾਂ ਵਾਲੇ ਪੁਰਖਾਂ ਦੀ ਸੋਭਤ ਤੋਂ ਬਿਨਾਂ, ਕਰਮ ਕਾਂਡਾਂ ਦੇ ਰਾਹੀਂ ਪਰਮੇਸ਼ਰ ਨੂੰ ਢੂੰਡਣਾ ਹਨੇਰੇ ਵਿੱਚ ਟੱਕਰਾਂ ਮਾਰਨ ਦੇ ਬਰਾਬਰ ਹੈ। ਇਹੀ ਗੱਲ ਭਗਤ ਨਾਮਦੇਵ ਸਾਹਿਬ ਮਹਾਰਾਜ ਨੇ ਵੀ ਕਹੀ, ਕਹਿ ਨਾਮਾ ਕਿਉਂ ਪਾਈਐ ਬਿਨ ਭਗਤੋ ਭਗਵੰਤ। ਉਹਦੀ ਭਗਤੀ ਤੋਂ ਬਿਨਾਂ ਭਗਵੰਤ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋ ਸਕਦੀ। ਭਾਵੇਂ ਕੋਈ ਵੀ ਕਰਮ ਕਾਂਡ ਕਰ ਲਓ, ਕੋਈ ਵੀ ਯਤਨ ਕਰ ਲਓ। ਇਹ ਬਚਨ ਨਾਮਦੇਵ ਸਾਹਿਬ ਮਹਾਰਾਜ ਨੇ ਵੀ ਕਿਹਾ, ਇਵੇਂ ਹਵਾਲਾ ਦੇ ਦਿੱਤਾ ਭਗਤ ਕਬੀਰ ਜੀ ਮਹਾਰਾਜ ਨੇ। ਅਗਲੇਰੇ ਸਲੋਕ ਵਿੱਚ ਫਰਮਾਇਆ, ਹਰ ਸੋ ਹੀਰਾ ਛਾਡ ਕੈ ਕਰਹਿ ਆਨ ਕੀ ਆਸ, ਤੇ ਨਰ ਦੋਜ਼ਕ ਜਾਹੇਂਗੇ ਸਤ ਭਾਖੇ ਰਵਿਦਾਸ। ਹੁਣ ਇਸ ਸਲੋਕ ਦੇ
ਅੰਦਰ ਰਵਿਦਾਸ ਜੀ ਮਹਾਰਾਜ ਦਾ ਭਗਤ ਜੀ ਦਾ ਜ਼ਿਕਰ ਆਇਆ। ਇਹ ਸਲੋਕ ਵੀ ਕਬੀਰ ਜੀ ਮਹਾਰਾਜ ਦਾ ਆਪਣਾ, ਪਰ ਇੱਥੇ ਵੀ ਹਵਾਲਾ ਅਤੇ ਰੈਫਰੈਂਸ ਉਹਨਾਂ ਨੇ ਭਗਤ ਰਵਿਦਾਸ ਜੀ ਮਹਾਰਾਜ ਦਾ ਬਖਸ਼ਿਆ। ਕਹਿੰਦੇ ਨੇ, ਹਰੀ ਵਰਗਾ ਹੀਰਾ, ਪਰਮੇਸ਼ਰ ਦੇ ਨਾਮ ਵਰਗੀ ਅਮੋਲਕ ਚੀਜ਼ ਨੂੰ, ਦਾਤ ਨੂੰ ਛੱਡ ਕੇ ਜਿਹੜੇ ਉਹਦੇ ਨਾਮ ਤੋਂ, ਉਹਦੇ ਗੁਣਾਂ ਤੋਂ, ਉਹਦੀ ਵਡਿਆਈ, ਉਹਦੀ ਭਗਤੀ, ਉਹਦੀ ਬੰਦਗੀ ਤੋਂ ਬਿਨਾਂ ਉਸ ਦੀ ਇਬਾਦਤ ਨੂੰ ਤਿਆਗ ਕੇ ਕਰਮ ਕਾਂਡਾਂ ਦਾ ਆਦਿਕ ਦਾ ਆਸਰਾ ਤੱਕਦੇ ਹਨ, ਸਹਾਰਾ ਲੈਂਦੇ ਹਨ, ਹੋਰ ਤਪ ਜਪ ਕਰਦੇ ਹੋਏ ਖਪਦੇ ਹਨ। ਹਰਸੋ ਹੀਰਾ ਛੱਡ ਕੇ ਕਰੈ ਆਨ ਕੀ ਆਸ, ਤੇ ਨਰ ਦੋਜ਼ਕ ਜਾਹੇਂਗੇ। ਉਹ ਜੀਵ ਹਮੇਸ਼ਾ ਵਿਸ਼ਿਆਂ ਵਿਕਾਰਾਂ ਦੇ ਦੋਜ਼ਕ ਨਰਕ ਵਿੱਚ ਹੀ ਡਿੱਗਦੇ ਨੇ, ਕਿਉਂਕਿ ਕਰਮ ਕਾਂਡ ਮਨ ਦੀ ਮੈਲ ਨਹੀਂ ਲਾਉਂਦਾ, ਕਰਮ ਕਾਂਡ ਸੁਰਤ ਦਾ ਟਿਕਾ ਨਹੀਂ ਬਣਾਉਂਦਾ, ਕਰਮ ਕਾਂਡ ਅੰਦਰ ਦੀ ਅਵਸਥਾ ਨੂੰ ਨਹੀਂ ਬਦਲਦਾ। ਉਹ ਸਾਰੇ ਕਰਮ ਗਿਣਤੀ ਦੇ ਹਨ, ਬਾਹਰੀ ਹਨ, ਵਿਖਾਵੇ ਹਨ। ਕਰਮ ਕਾਂਡ ਮਨੁੱਖ ਦੀ ਹੋਂ ਨੂੰ ਮਜ਼ਬੂਤ ਕਰ ਦਿੰਦਾ ਹੈ, ਹੋਂ ਨੂੰ ਖਤਮ ਨਹੀਂ ਕਰਦਾ। ਇਸ ਕਰਕੇ ਕਬੀਰ ਜੀ ਮਹਾਰਾਜ ਕਹਿੰਦੇ ਨੇ, ਭਗਤ ਰਵਿਦਾਸ ਜੀ ਵੀ ਭਾਈ ਇਹੀ ਕਹਿੰਦੇ ਰਹੇ, ਉਹਨਾਂ ਨੇ ਵੀ ਇਹੀ ਵਚਨ ਕਿਹਾ, ਉਹਨਾਂ ਨੇ ਵੀ ਇਹੀ ਸਿੱਖਿਆ ਦਿੱਤੀ ਹੈ ਵੀ ਪਰਮੇਸ਼ਰ ਦਾ ਨਾਮ ਹੀ ਸਭ ਤੋਂ ਅਮੋਲਕ ਹੈ, ਹੀਰੇ ਵੱਤ ਹੈ, ਕੀਮਤੀ ਹੈ। ਉਸ ਦਾ ਆਸਰਾ ਛੱਡ ਕੇ ਹੋਰ ਕਰਮ ਕਾਂਡਾਂ ਦਾ ਆਸਰਾ ਤੱਕਣਾ, ਅਤੇ ਐਸਾ ਕਰਨ ਵਾਲੇ ਮਨੁੱਖ ਜਿਹੜੇ ਹਨ ਉਹ ਵਿਸ਼ੇ ਵਿਕਾਰਾਂ ਦੇ ਨਰਕ ਵਿੱਚ ਡਿੱਗਣ ਤੋਂ ਬਚ ਨਹੀਂ ਸਕਣਗੇ, ਕਿਉਂਕਿ ਉਹਨਾਂ ਦਾ ਆਤਮਾ ਤਬਦੀਲ ਨਹੀਂ ਹੁੰਦਾ, ਉਹਨਾਂ ਦੀ ਮਨ ਬਿਰਤੀ ਨਹੀਂ ਬਦਲਦੀ। ਉਹ ਫਿਰ ਵਾਰ ਵਾਰ ਉਹਨਾਂ ਵਿਕਾਰਾਂ ਵਿੱਚ ਹੀ ਗ੍ਰਸਤ ਹੁੰਦੇ ਨੇ, ਵਿਸ਼ਿਆਂ ਵਿੱਚ ਹੀ, ਵਾਸ਼ਨਾਵਾਂ ਵਿੱਚ ਹੀ ਉਲਝਦੇ, ਖਪਦੇ, ਕਰੁੱਝਦੇ ਹਨ। ਸਤ ਪਾਖ ਹੈ ਰਵਿਦਾਸ। ਰਵਿਦਾਸ ਜੀ ਮਹਾਰਾਜ ਨੇ ਵੀ ਇਹੀ ਸੱਚ ਆਖਿਆ ਹੈ, ਜਿਹੜਾ ਬਚਨ ਤੁਹਾਨੂੰ ਮੈਂ ਇਹ ਦੱਸ ਰਿਹਾ, ਉਹਨਾਂ ਦਾ ਵੀ ਇਹੀ ਕਹਿਣਾ ਹੈ, ਉਹਨਾਂ ਦਾ ਵੀ ਇਹੀ ਆਖਣਾ ਹੈ। ਇਹਨਾਂ ਦੋ ਸਲੋਕਾਂ ਤੋਂ ਇੱਕ ਭਾਵ ਸਮਝ ਵਿੱਚ ਆਉਂਦਾ ਹੈ, ਯਥਾ ਜਿਵੇਂ ਹਜ਼ੂਰ ਦੀ ਮੁਬਾਰਕ ਬਾਣੀ ਵਿੱਚ ਆਪਾਂ, ਧੰਨ ਗੁਰੂ ਅਰਜਨ ਸਾਹਿਬ ਜੀ ਦਾ ਇਹ ਸ਼ਬਦ ਹੈ, ਮਹੱਲਾ ਪੰਜਵਾਂ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ, ਆਡ ਦਾਮ ਕੋ ਸ਼ੀਪਰੋ ਹੋਇਓ ਲਾਖੀਣਾ, ਬੁਰਨਾ ਤਰਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੁਲਾ ਹਰਾ ਭਇਓ ਗੁਨੀ ਗਹੀਰਾ। ਰਵਿਦਾਸ ਢੋਵੰਤਾ ਢੋ ਰੰਡੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ, ਸੈਨ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ, ਹਿਰਦੈ ਬਸਿਆ ਪਾਰ ਬ੍ਰਹਮ ਭਗਤਾਂ ਮੈਂ ਗਨਿਆ। ਫਿਰ ਅਖੀਰ 'ਤੇ ਆਖਿਆ, ਇਹ ਬਿਦ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ। ਹੁਣ ਭਗਤ ਸੈਨ ਜੀ ਦਾ ਜ਼ਿਕਰ ਆਇਆ, ਕਬੀਰ ਜੀ ਦਾ ਜ਼ਿਕਰ ਆਇਆ, ਨਾਮਦੇਵ ਜੀ ਦਾ ਜ਼ਿਕਰ ਆਇਆ, ਭਗਤ ਰਵਿਦਾਸ ਜੀ ਦਾ ਜ਼ਿਕਰ ਆਇਆ, ਅਤੇ ਫਿਰ ਆਖਿਆ ਗੁਰੂ ਅਰਜਨ ਸਾਹਿਬ ਨੇ ਹਵਾਲਾ ਦਿੱਤਾ ਵੀ ਇਹਨਾਂ ਮਹਾਂਪੁਰਖਾਂ ਦੇ ਬਚਨ ਸੁਣ ਕੇ, ਇਹਨਾਂ ਦੀ ਭਗਤੀ ਬੰਦਗੀ ਅਤੇ ਉੱਚੇ ਜੀਵਨ ਬਾਬਤ ਸੁਣ ਕੇ, ਇਹਨਾਂ ਤੋਂ ਜਾਣੂ ਹੋ ਕੇ, ਇਹ ਬਿਦ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ, ਭਗਤ ਧੰਨਾ ਜੀ ਨੂੰ ਜਾਗ ਲੱਗੀ ਇਹੋ ਜਿਹੇ ਰੱਬੀ ਪਿਆਰਿਆਂ ਦੀ ਬਾਣੀ ਤੋਂ, ਉਹਨਾਂ ਦੇ ਉਪਦੇਸ਼ ਔਰ ਜੀਵਨ ਤੋਂ। ਮੁਤਾਸਰ ਹੋਏ ਭਗਤ ਧੰਨਾ ਜੀ, ਅਤੇ ਉਹਨਾਂ ਨੇ ਵੀ ਉਹੀ ਭਗਤੀ ਦਾ ਮਾਰਗ ਚੁਣਿਆ ਜਿਹੜਾ ਇਹਨਾਂ ਉਪਰੋਕਤ ਭਗਤਾਂ ਨੇ ਚੁਣਿਆ ਸੀ, ਯਾਨੀ ਉਸੇ ਰਾਹ 'ਤੇ ਤੁਰ ਪਏ। ਇਹ ਬਿਦ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ, ਇਹ ਵਿਚਾਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਸ਼ਬਦ 'ਚ ਹੈ ਵੀ ਭਗਤ ਧੰਨਾ ਜੀ ਇਹਨਾਂ ਭਗਤਾਂ ਤੋਂ ਮੁਤਾਸਰ ਹੋਏ, ਪ੍ਰਭਾਵਿਤ ਹੋਏ,
ਉਹਨਾਂ ਦੇ ਉਪਦੇਸ਼ ਤੋਂ, ਉਹਨਾਂ ਦੇ ਜੀਵਨ ਤੋਂ। ਇਸ ਕਰਕੇ ਉਹਨਾਂ ਦੇ ਅੰਦਰ ਵੀ ਜਾਗ ਲੱਗੀ, ਪ੍ਰੇਰਣਾ ਪੈਦਾ ਹੋਈ, ਉਤਸ਼ਾਹ ਪੈਦਾ ਹੋਇਆ, ਜਗਿਆਸਾ ਪੈਦਾ ਹੋਈ ਅਤੇ ਉਹ ਵੀ ਉਸੇ ਰੁਤਬੇ ਨੂੰ ਜਾ ਪਹੁੰਚੇ ਜਿਹੜੇ ਰੁਤਬੇ ਦੇ ਉੱਤੇ ਇਹ ਭਗਤ ਮਹਾਰਾਜ, ਜਿਨ੍ਹਾਂ ਨੇ ਇੰਨੀ ਘਾਲਣਾ ਕਰ ਲਈ ਸੀ। ਭਗਤ ਕਬੀਰ ਸਾਹਿਬ ਜੀ ਮਹਾਰਾਜ ਨੇ ਭਗਤ ਨਾਮਦੇਵ ਜੀ ਦਾ ਹਵਾਲਾ ਦਿੱਤਾ ਹੈ, ਤ੍ਰਿਲੋਚਨ ਜੀ ਦਾ ਹਵਾਲਾ ਦਿੱਤਾ ਹੈ, ਭਗਤ ਰਵਿਦਾਸ ਜੀ ਮਹਾਰਾਜ ਦਾ ਹਵਾਲਾ ਦਿੱਤਾ ਹੈ। ਤਾਰੀਖਦਾਨ ਕਹਿੰਦੇ ਨੇ ਭਗਤ ਕਬੀਰ ਜੀ ਮਹਾਰਾਜ ਅਤੇ ਭਗਤ ਰਵਿਦਾਸ ਜੀ ਮਹਾਰਾਜ ਦੋਨੋਂ ਹੀ ਸਮਕਾਲੀ। ਸਮਕਾਲੀ ਦਾ ਮਤਲਬ ਹੁੰਦਾ ਇੱਕੇ ਸਮੇਂ ਵਿੱਚ ਜਿਨ੍ਹਾਂ ਦੇ ਜੀਵਨ ਦਾ ਸਮਾਂ ਰਲਦਾ ਹੋਵੇ। ਕਬੀਰ ਜੀ ਕਾਂਸ਼ੀ ਦੇ ਰਹਿਣ ਵਾਲੇ ਨੇ, ਕਾਂਸ਼ੀ ਦੇ ਬਿਲਕੁਲ ਨੇੜੇ ਹੀ ਪਿੰਡ ਹੈ ਮੰਡੂਆ ਡੀ, ਜਿੱਥੋਂ ਦੇ ਭਗਤ ਰਵਿਦਾਸ ਜੀ ਰਹਿਣ ਵਾਲੇ ਨੇ। ਭਗਤ ਰਵਿਦਾਸ ਜੀ ਮਹਾਰਾਜ ਦੀ ਬਾਣੀ ਵਿੱਚ ਵੀ ਜੋ ਕਾਂਸ਼ੀ ਵਿੱਚ ਵਾਪਰਦਾ ਹੈ ਉਹਦੇ ਭਰਪੂਰ ਹਵਾਲੇ ਨੇ। ਕਬੀਰ ਜੀ ਮਹਾਰਾਜ ਦੀ ਬਾਣੀ ਵਿੱਚ ਵੀ ਇਹ ਸਾਰਾ ਕੁਝ ਦਰਜ ਹੈ। ਭਗਤ ਕਬੀਰ ਜੀ ਮਹਾਰਾਜ ਨੇ ਉਹ ਸਾਰੇ ਹਵਾਲੇ ਵੀ ਦਿੱਤੇ, ਭਗਤੀ ਔਰ ਬੰਦਗੀ ਦਾ ਮਾਰਗ ਦ੍ਰਿੜ ਕਰਾਇਆ, ਬੜੀ ਉੱਚੀ ਇਨਕਲਾਬੀ ਸੋਚ ਦਾ ਪ੍ਰਗਟਾਵਾ ਕੀਤਾ ਜੋ ਮਨੁੱਖ ਨੂੰ ਆਤਮਾ ਤੋਂ ਬਦਲਣਾ ਚਾਹੀਦਾ, ਬਦਲ ਸਕਦੀ ਹੈ, ਉਹ ਵਿਚਾਰਧਾਰਾ ਉਹਨਾਂ ਨੇ ਬਖਸ਼ੀ। ਅਤੇ ਬੜਾ ਸਨਮਾਨਜਨਕ ਤਰੀਕੇ ਨਾਲ ਉਹਨਾਂ ਨੇ ਭਗਤ ਰਵਿਦਾਸ ਜੀ ਮਹਾਰਾਜ ਦਾ ਨਾਂ ਲਿਆ, ਕਿਉਂਕਿ ਉਹ ਦੋਵੇਂ ਸਮਕਾਲੀ ਮਹਾਂਪੁਰਖ, ਨੇੜੇ ਨੇੜੇ ਰਹਿਣ ਵਾਲੇ ਨੇ, ਉਹਨਾਂ ਦੀ ਸੰਗਤ ਵੀ ਸਾਂਝੀ ਹੈ, ਉਹਨਾਂ ਦਾ ਉਪਦੇਸ਼ ਵੀ ਸਾਂਝਾ ਹੈ, ਉਹਨਾਂ ਦਾ ਮਾਰਗ ਵੀ ਸਾਂਝਾ ਹੈ। ਉਹ ਸਾਰੀ ਮਨੁੱਖਤਾ ਦੇ ਲਈ ਇੱਕ ਉੱਤਮ ਰਸਤਾ ਦੁਨੀਆ ਨੂੰ, ਸੰਗਤ ਨੂੰ ਦ੍ਰਿੜ ਕਰਾ ਰਹੇ ਨੇ। ਸੋ ਉਹਨਾਂ ਨੇ ਬੜੇ ਮਾਣ ਨਾਲ, ਬੜੇ ਸਨਮਾਨ ਨਾਲ ਇਹ ਗੱਲ ਕਹੀ ਹੈ ਵੀ ਪਰਮੇਸ਼ਰ ਦਾ ਨਾਮ, ਉਹਦੀ ਬੰਦਗੀ, ਉਹਦਾ ਅਹਿਸਾਸ ਸਭ ਤੋਂ ਕੀਮਤੀ ਹੈ। ਪਰਮੇਸ਼ਰ ਨਾਲ ਸਾਂਝ, ਜਿਹੜਾ ਰਿਸ਼ਤਾ ਗੰਢਣਾ ਹੈ, ਉਹ ਸਭ ਤੋਂ ਕੀਮਤੀ ਹੈ। ਬਾਕੀ ਸਾਰੇ ਕਰਮ ਕਾਂਡ ਹੋ ਕੇ ਨਿਰਾਰਥਕ ਔਰ ਵਿਅਰਥ ਨੇ। ਜਿਹੜੇ ਜੀਵ ਉਹਨਾਂ ਕਰਮ ਕਾਂਡਾਂ ਵਿੱਚੋਂ ਰਸਤਾ ਲੱਭਦੇ ਨੇ ਔਰ ਇਹ ਝੂਠੀਆਂ ਆਸਾਂ ਉਮੀਦਾਂ ਪਾਲਦੇ ਨੇ, ਉਹਨਾਂ ਦੇ ਅੰਤਰ ਆਤਮੇ 'ਚ ਕੋਈ ਤਬਦੀਲੀ ਪੈਦਾ ਨਹੀਂ ਹੋ ਸਕਦੀ, ਕਿਉਂਕਿ ਕਰਮ ਕਾਂਡ ਦੇ ਬੱਝੇ ਜੀਵ ਅੰਦਰੋਂ ਉਸੇ ਤਰ੍ਹਾਂ ਹੀ ਵਿਕਾਰ ਭੋਗਦੇ ਨੇ। ਉਹ ਬਾਰ ਬਾਰ ਵਿਕਾਰਾਂ ਦੇ, ਵਾਸ਼ਨਾਵਾਂ ਦੇ, ਵਿਸ਼ਿਆਂ ਦੇ ਨਰਕ ਵਿੱਚ ਡਿੱਗਦੇ ਨੇ, ਔਗਣਾਂ ਦੇ ਬੱਝੇ ਰਹਿੰਦੇ ਨੇ, ਅੰਦਰ ਦੀ ਮੈਲ ਨਹੀਂ ਧੋ ਪਾਉਂਦੇ। ਇਹ ਬਚਨ, ਇਹ ਕੀਮਤੀ ਸੱਚ ਭਗਤ ਰਵਿਦਾਸ ਜੀ ਮਹਾਰਾਜ ਨੇ ਵੀ ਆਖਿਆ, ਭਗਤ ਕਬੀਰ ਜੀ ਹਵਾਲਾ ਦੇ ਰਹੇ ਨੇ। ਫਿਰ ਅਖੀਰਲੇ ਸਲੋਕ ਵਿੱਚ ਫਰਮਾਇਆ, ਕਬੀਰ ਜੋ ਗ੍ਰਹਿ ਕਰੈ ਤਾਂ ਧਰਮ ਕਰ। ਹੇ ਕਬੀਰ, ਮੈਂ ਸਮਾਜ ਵਿੱਚ ਦੋ ਤਰ੍ਹਾਂ ਦੇ ਲੋਕ ਵੇਖਦਾ, ਇੱਕ ਹਨ ਗ੍ਰਿਸਤੀ ਅਤੇ ਦੂਜੇ ਹਨ ਤਿਆਗੀ। ਤਿਆਗੀਆਂ ਦੇ ਬੜੇ ਟੋਲੇ ਨੇ, ਸੰਨਿਆਸੀ ਹਨ, ਉਦਾਸੀ ਹਨ, ਜੋਗੀ ਹਨ, ਹੋਰ ਕਈ ਤਰ੍ਹਾਂ ਸੰਪਰਦਾਵਾਂ, ਸਾਧੂ, ਬਹੁ ਗਿਣਤੀ ਗ੍ਰਿਸਤੀਆਂ ਦੀ ਹੈ। ਕੁਝ ਐਸੇ ਨੇ ਜਿਹੜੇ ਤਿਆਗੀ ਹੋ ਗਏ, ਘਰ ਬਾਰ ਛੱਡ ਦਿੱਤਾ, ਪਰਿਵਾਰ ਛੱਡ ਦਿੱਤਾ, ਕਿਰਤ ਛੱਡ ਦਿੱਤੀ, ਨਗਰ ਗ੍ਰਾਂ ਛੱਡ ਦਿੱਤਾ, ਥਾਂ ਥਾਂ ਦੇ ਉੱਤੇ ਭ੍ਰਮਣ ਕਰਦੇ ਨੇ, ਤੀਰਥਾਂ 'ਤੇ ਜਾਂਦੇ ਨੇ, ਉਹ ਇੱਕ ਥਾਂ ਨਹੀਂ ਟਿਕਦੇ। ਉਹਨਾਂ ਦਾ ਮੰਨਣਾ ਜਿੱਥੇ ਟਿਕ ਗਏ ਮੋਹ ਪੈ ਜਾਏਗਾ, ਕਿਸੇ ਨਾਲ ਬੋਲਚਾਲ ਵਿਹਾਰ ਨਹੀਂ ਰੱਖਦੇ, ਕਿਸੇ ਨਾਲ ਜੁੜਨਾ ਨਹੀਂ ਚਾਹੁੰਦੇ। ਉਹਨਾਂ ਦੀਆਂ ਆਪਣੀਆਂ ਮੰਡਲੀਆਂ ਹਨ, ਉਹ ਲਗਾਤਾਰ ਭ੍ਰਮਣ ਕਰਦੇ ਨੇ। ਕਬੀਰ ਜੀ ਕਹਿੰਦੇ ਮੈਂ ਦੋ ਤਰ੍ਹਾਂ ਦੇ ਇਨਸਾਨ ਵੇਖ ਰਿਹਾ, ਪਰ ਕਬੀਰ ਜੀ ਨੇ ਦੋ ਤਰ੍ਹਾਂ ਦਾ ਰਸਤਾ ਨਹੀਂ ਦਿੱਤਾ, ਉਹ ਤਾਂ ਦ੍ਰਿੜ ਕਰਾ ਰਹੇ ਨੇ ਇੱਕੋ ਮਾਰਗ।
ਪਰ ਜਿਨ੍ਹਾਂ ਨੂੰ ਕਰਾ ਰਹੇ ਨੇ ਸਾਹਮਣੇ ਉਹ ਦੋ ਹਿੱਸਿਆਂ 'ਚ ਵੰਡੇ ਗਏ, ਗ੍ਰਿਸਤੀ ਹਨ, ਤਿਆਗੀ ਹਨ। ਫਿਰ ਉਹ ਸਾਂਝਾ ਉਪਦੇਸ਼ ਦਿੰਦੇ ਆ, ਕਹਿੰਦੇ ਨੇ ਜੋ ਗ੍ਰਹਿ ਕਰੈਂ ਤਾਂ ਧਰਮ ਕਰ, ਜੇ ਤੂੰ ਗ੍ਰਿਸਤੀ ਹੈ ਤਾਂ ਗ੍ਰਿਸਤ ਦੇ ਵਿੱਚ ਰਹਿੰਦਿਆਂ ਮਨੁੱਖੀ ਜੀਵਨ ਦਾ ਫਰਜ਼ ਅਪਣਾ, ਸਹੀ ਅਰਥਾਂ ਵਿੱਚ ਮਨੁੱਖ ਬਣ, ਪਰਮੇਸ਼ਰ ਦੀ ਯਾਦ ਵਿੱਚ ਜੁੜ, ਚੰਗੇ ਗੁਣ ਅਪਣਾ, ਸੱਚ ਨੂੰ ਜੀਵਨ ਵਿੱਚ ਧਾਰਨ ਕਰ, ਅੰਤਰ ਆਤਮੇ ਨੂੰ ਜਾਗਰਤ ਰੱਖ, ਮਨੁੱਖੀ ਗੁਣਾਂ ਵਾਲਾ ਬਣ। ਜਿਹੜੀ ਨੈਗਟਿਵਿਟੀ ਹੈ, ਔਗਣ ਹਨ, ਵਿਕਾਰ ਹਨ, ਵਾਸ਼ਨਾਵਾਂ ਹਨ, ਇਹਨਾਂ ਨੂੰ ਤਿਆਗ ਦੇ। ਜੋ ਗ੍ਰਹਿ ਕਰੈਂ ਤਾਂ ਧਰਮ ਕਰ, ਨਾ ਹੀ ਤਾਂ ਕਰ ਬੈਰਾਗ। ਜੇ ਤੂੰ ਗ੍ਰਿਸਤ ਵਿੱਚ ਰਹਿੰਦਿਆਂ ਹੋਇਆਂ ਸ਼ੁਭ ਗੁਣਾਂ ਵਾਲਾ ਨਹੀਂ, ਚੰਗੇ ਕਿਰਦਾਰ ਵਾਲਾ, ਉੱਚੇ ਵਿਹਾਰ ਵਾਲਾ ਨਹੀਂ ਬਣ ਪਾਉਂਦਾ, ਜੇ ਤੂੰ ਗ੍ਰਿਸਤ ਵਿੱਚ ਰਹਿੰਦਿਆਂ ਹੋਇਆਂ ਵੀ ਮੋਹ ਮਾਇਆ ਦੇ ਵਿੱਚ ਫਸਿਆ ਹੈ, ਵਾਸ਼ਨਾਵਾਂ ਵਿਕਾਰਾਂ 'ਚ ਫਸਿਆ ਰਹਿੰਦਾ, ਲੁੱਟ ਸੁੱਟ ਦਾ ਰਾਹ ਚੁਣਦਾ, ਤਾਂ ਇਹਦੇ ਨਾਲੋਂ ਫਿਰ ਤਿਆਗੀ ਚੰਗਾ, ਸਭ ਕੁਝ ਛੱਡ ਕੇ ਤੁਰਨ ਵਾਲੇ ਚੰਗੇ ਨੇ। ਫਿਰ ਤਾਂ ਉਹ ਸੱਚ ਹੀ ਕਹਿਣਗੇ, ਜੇ ਤੇਰਾ ਕਿਰਦਾਰ ਇਹ ਰਹੇਗਾ ਫਿਰ ਉਹ ਤੇਰੇ ਵੱਲ ਵੇਖ ਕੇ ਕਹਿਣਗੇ ਵੀ ਵੇਖਿਆ ਅਸੀਂ ਆਖਿਆ ਸੀ ਨਾ ਵੀ ਗ੍ਰਿਸਤ ਮਾਇਆ ਦਾ ਜੰਜਾਲ ਹੈ, ਇਸ ਕਰਕੇ ਅਸੀਂ ਤਿਆਗੀ ਹੋ ਗਏ। ਪਰ ਹੁਣ ਅਗਲੇ ਪਹਿਲੂ ਵਿੱਚ ਆਏ ਅਤੇ ਆਖਿਆ ਬੈਰਾਗੀ ਬੰਧਨ ਕਰੈ, ਪਰ ਜਿਹੜੇ ਉਪਰਾਮ ਹੋ ਗਏ ਹਨ, ਜਿਹੜੇ ਕਹਿੰਦੇ ਨੇ ਗ੍ਰਿਸਤ ਮੋਹ ਮਾਇਆ ਦਾ ਜੰਜਾਲ ਹੈ, ਵਾਸ਼ਨਾਵਾਂ ਦਾ ਘਰ ਹੈ, ਇੱਥੇ ਮੋਹ ਪੈ ਜਾਂਦਾ, ਜੰਜਾਲਾਂ ਦੇ ਵਿੱਚ ਮਨ ਫਸ ਜਾਂਦਾ, ਇਹਦੇ ਤੋਂ ਬਾਹਰ ਜਾਏ ਬਿਨਾਂ, ਇਹਨੂੰ ਛੱਡੇ ਬਿਨਾਂ ਗੁਜ਼ਾਰਾ ਨਹੀਂ। ਪਰ ਜੇ ਉਹ ਬੈਰਾਗੀ ਅਖਵਾ ਕੇ, ਤਿਆਗੀ ਅਖਵਾ ਕੇ ਵੀ ਅੰਦਰੋਂ ਬੰਧਨ ਵਿੱਚ ਬੱਝੇ ਹੋਏ ਹਨ, ਵੀ ਅੰਦਰੋਂ ਮੋਹ ਨਹੀਂ ਛੁੱਟਿਆ, ਅੰਦਰੋਂ ਕ੍ਰੋਧ ਨਹੀਂ ਛੁੱਟਿਆ, ਅੰਦਰੋਂ ਮੈਂ ਮੇਰੀ ਦੀ ਭਾਵਨਾ ਨਹੀਂ ਛੁੱਟੀ, ਉਹਨਾਂ ਨੇ ਤਿਆਗ ਦਾ ਹੀ ਹੰਕਾਰ ਪਾੜ ਲਿਆ ਵੀ ਸਾਡੇ ਤੋਂ ਵੱਡਾ ਤਿਆਗੀ ਕੌਣ ਹੋ ਸਕਦਾ। ਉਹਨਾਂ ਨੂੰ ਮੋਹ ਪੈ ਗਿਆ ਆਪਣੇ ਪਹਿਰਾਵੇ ਦੇ ਨਾਲ ਹੀ, ਵੀ ਸਾਡਾ ਪਹਿਰਾਵਾ ਉੱਤਮ, ਉਹ ਦੂਜਿਆਂ ਨਾਲ ਝਗੜੇ ਕਰਦੇ ਨੇ ਵੀ ਤੁਹਾਡੇ ਇਸ ਤਰ੍ਹਾਂ ਦਾ ਸਾਧੂ ਬਣਨ 'ਚ ਫਾਇਦਾ ਹੈ, ਦੂਜਾ ਨਹੀਂ। ਉਹਨਾਂ 'ਚ ਵੀ ਆਪਣੇ ਕਿਸਮ ਦੀ ਦੌੜ ਹੈ। ਜੇ ਅੰਦਰੋਂ ਉਹ ਮੋਹ ਦੀਆਂ ਤੰਦਾਂ ਨਹੀਂ ਛੁੱਟੀਆਂ, ਅੰਦਰੋਂ ਕ੍ਰੋਧ ਨਹੀਂ ਛੁੱਟਿਆ, ਅੰਦਰੋਂ ਲੋਭ ਨਹੀਂ ਛੁੱਟਿਆ, ਅੰਦਰੋਂ ਜੀਵ ਬੱਝਾ ਹੋਇਆ ਹੈ, ਜੇ ਵਾਸ਼ਨਾਵਾਂ ਵਿੱਚ ਅਜੇ ਵੀ ਅੰਦਰੋਂ ਗ੍ਰਸਿਆ ਹੋਇਆ, ਬੈਰਾਗੀ ਬੰਧਨ ਕਰੈ, ਵੈਰਾਗੀ ਹੋ ਕੇ ਵੀ ਤੂੰ ਇਹੋ ਜਿਹੇ ਬੰਧਨਾਂ ਵਿੱਚ ਹੈ ਤਾਂ ਕੋ ਵੱਡੋ ਭਾਗ, ਫਿਰ ਤਾਂ ਤੇਰੇ ਬੜੇ ਵੱਡੇ ਦੁਰਭਾਗ ਨੇ, ਮੰਦ ਭਾਗੀ ਇਨਸਾਨ ਹੈ ਤੂੰ। ਤੂੰ ਗ੍ਰਿਸਤ ਵਿੱਚ ਸੀ, ਉੱਥੇ ਵੀ ਧਰਮ ਨਹੀਂ ਅਪਣਾਇਆ, ਗ੍ਰਿਸਤ ਨੂੰ ਇਹ ਕਹਿ ਕੇ ਛੱਡ ਆਇਆ ਵੀ ਇੱਥੇ ਮੋਹ ਮਾਇਆ ਦੇ ਜੰਜਾਲ ਨੇ, ਤਿਆਗੀ ਹੋ ਕੇ ਵੀ ਤੂੰ ਬੱਝਾ ਹੋਇਆ ਉਸੇ ਮੋਹ ਵਿੱਚ, ਉਸੇ ਕ੍ਰੋਧ ਵਿੱਚ, ਉਸੇ ਹੰਕਾਰ ਵਿੱਚ, ਉਸੇ ਦਵੈਸ਼ ਵਿੱਚ, ਇੱਥੇ ਰੂਪ ਥੋੜ੍ਹਾ ਬਦਲ ਗਿਆ, ਬੱਝਾ ਤੂੰ ਉਹਨਾਂ ਚੀਜ਼ਾਂ ਵਿੱਚ ਹੀ ਹੋਇਆ, ਇਹਨੂੰ ਤੇਰੇ ਦੁਰਭਾਗ ਹੀ ਕਹੇ ਜਾ ਸਕਦੇ ਨੇ ਵੀ ਤੂੰ ਝਗੜਾ ਗ੍ਰਿਸਤ ਅਤੇ ਤਿਆਗ ਦਾ ਕਰੀ ਗਿਆ ਅਤੇ ਬੰਧਨ ਅੰਦਰੋਂ ਉਹੀ ਪਏ ਰਹੇ, ਭਾਵੇਂ ਤੂੰ ਗ੍ਰਿਸਤ ਵਿੱਚ ਸਾਂ ਅਤੇ ਭਾਵੇਂ ਤੂੰ ਤਿਆਗ ਵਿੱਚ ਸੀ। ਤਿਆਗਣੇ ਉਹ ਬੰਧਨ ਸਨ, ਲਾਉਣੀ ਉਹ ਮੈਲ ਸੀ ਜਿਹੜੀ ਉੱਥੇ ਹੀ ਸਮੱਸਿਆ ਖੜੀ ਕਰ ਰਹੀ ਸੀ, ਉਹ ਵੈਰਾਗ 'ਚ ਵੀ ਕਰ ਰਹੀ ਹੈ। ਤੂੰ ਇਸ ਕਰਕੇ ਸਰੀਰ ਤੱਕ ਹੀ ਸੀਮਤ ਰਿਹਾ, ਬਾਹਰੀ ਸੰਬੰਧ ਤੋੜ ਲੈ, ਅੰਦਰੋਂ ਜਿਹੜੀਆਂ ਚੀਜ਼ਾਂ ਨਾਲੋਂ ਸੰਬੰਧ ਤੋੜਨੇ ਸਨ ਉਹ ਅਜੇ ਤੱਕ ਨਹੀਂ ਤੋੜੇ।
ਸੋ ਆਪਾਂ ਇੱਕ ਸ਼ਬਦ ਨਾਲ ਸਮਾਪਤੀ ਕਰਾਂਗੇ ਜੋ ਭਗਤ ਜੀ ਮਹਾਰਾਜ ਨੇ ਆਪਣੀ ਬਾਣੀ 'ਚ ਅੰਕਿਤ ਕੀਤਾ ਹੈ। ਗ੍ਰਹਿ ਤਜ ਬਨਖੰਡ ਜਾਈਐ ਚੁਨ ਖਾਈਐ ਕੰਧਾ, ਅਜੋਂ ਬੇਕਾਰ ਨਾ ਛੋਡਈ ਪਾਪੀ ਮਨ ਮੰਦਾ, ਕਿਉਂ ਛੂਟੋਂ ਕੈਸੇ ਤਰੋਂ ਭਵਜਲ ਨਿਧ ਭਾਰੀ, ਰਾਖ ਰਾਖ ਮੇਰੇ ਬੀਠਲਾ ਜਨ ਸ਼ਰਨ ਤੁਮਾਰੀ, ਬਿਖੈ ਬਿਖੈ ਕੀ ਬਾਸ਼ਨਾ ਤਜੀ ਨਾ ਹਜਾਈ, ਅਨਕ ਯਤਨ ਕਰ ਰਾਖੀਐ ਫਿਰ ਲਪਟਾਈ। ਇੱਥੇ ਸਲੋਕਾਂ ਦੀ ਸਮਾਪਤੀ ਹੈ। ਇੱਕ ਵਸਤ ਹੋਰ ਧਿਆਨ ਗੋਚਰੀ, ਪਹਿਲਾ ਸਲੋਕ ਜੋ ਭਗਤ ਕਬੀਰ ਸਾਹਿਬ ਜੀ ਨੇ ਆਰੰਭ ਕੀਤਾ ਸੀ, ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਆਦਿ ਜੁਗਾਦੀ ਸਗਲ ਭਗਤ ਤਾਕੋ ਸੁਖ ਬਿਸਰਾਮ, ਪਰਮੇਸ਼ਰ ਦੇ ਨਾਮ ਸਿਮਰਨ ਬੰਦਗੀ ਇਬਾਦਤ ਅਹਿਸਾਸ ਗੁਣ ਹੁਕਮ ਰਜ਼ਾ ਤੋਂ ਉਹਨਾਂ ਨੇ ਆਪਣੇ ਸਲੋਕਾਂ ਦੀ ਆਰੰਭਤਾ ਕੀਤੀ ਅਤੇ ਸਮਾਪਤੀ ਵੀ ਇਸ ਗੱਲ ਉੱਤੇ ਕੀਤੀ ਹੈ ਵੀ ਪਰਮੇਸ਼ਰ ਦੀ ਬੰਦਗੀ ਤੋਂ ਬਿਨਾਂ ਨਾ ਤੂੰ ਗ੍ਰਸਥ ਵਿੱਚ ਸੁਖੀ ਹੈ ਅਤੇ ਨਾ ਤੂੰ ਸਹੀ ਅਰਥਾਂ ਵਿੱਚ ਉਪਰਾਮ ਹੈ, ਉਹਦੀ ਬੰਦਗੀ ਹੀ ਅਖੀਰੀ ਮਾਰਗ ਹੈ, ਤੇਰਾ ਏਕ ਨਾਮ ਤਾਰੇ ਸੰਸਾਰ, ਮੈਂ ਇਹ ਆਸ ਇਹੋ ਆਧਾਰ। ਸਤਿਗੁਰੂ ਕਿਰਪਾ ਕਰਨ, ਭਗਤ ਜੀ ਮਹਾਰਾਜ ਦੀ ਅੰਮ੍ਰਿਤਮਈ ਬਾਣੀ ਨੂੰ, ਉਹਨਾਂ ਦੇ ਸ਼ਬਦਾਂ ਨੂੰ, ਉਹਨਾਂ ਦੀ ਵਿਸ਼ੇਸ਼ ਬਾਣੀਆਂ ਔਰ ਸਲੋਕਾਂ ਦੀ ਵਿਚਾਰ ਕਰਦਿਆਂ ਅਣਗਿਣਤ ਬੇਸ਼ੁਮਾਰ ਭੁੱਲਾਂ ਸਾਡੀ ਤੁਸ਼ ਬੁੱਧੀ ਮੁਤਾਬਕ ਹੋਈਆਂ ਹਨ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਇਹਨਾਂ ਭੁੱਲਾਂ ਨੂੰ ਬਖਸ਼ਦਿਆਂ ਹੋਇਆਂ ਸਤਿਗੁਰੂ ਇਹ ਸੇਵਾ ਨੂੰ ਪ੍ਰਵਾਨ ਕਰਨ। ਸਾਰੀ ਸੰਗਤ ਦਾ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।